ਦੱਸ ਦਿਓ ਕਿਹਨੇ ਕਿਹਨੇ ਜੁਆਇਨ ਕਰਨਾ ਪ੍ਰੋਗਰਾਮ, ਮੈਸੇਜ ਕਰ ਦਿਓ, ਆਪਾਂ ਫੇਰ ਬਣਾ ਲਾਂਗੇ ਰਾਤ ਵਾਲਾ ਪ੍ਰੋਗਰਾਮ। ਆਪਾਂ ਸਲੀਮ ਮੈਨੂੰ ਫੜ ਲੈਣਾ ਇੱਥੋਂ, ਬਹੁਤ ਸਪੀਡ ਨਾਲ ਲੰਘਿਆ ਉਹ। ਲੋ ਵੀ ਮਿੱਤਰੋ, ਤੁਹਾਡਾ ਸਵਾਗਤ ਹੈ ਸਾਡੇ ਵਲੌਗ ਦੇ ਵਿੱਚ। ਹੈਗਾ ਅੱਜ ਮੈਂ ਇਕੱਲਾ ਹੀ, ਅਤੇ ਰਾਤ ਦਾ ਤੁਸੀਂ ਪ੍ਰੋਗਰਾਮ ਦੇਖ ਲਿਆ ਸੀਗਾ। ਰਾਤ ਆਪਾਂ ਫਨ ਸ਼ਨ ਕਰਕੇ ਮੁੰਡਿਆਂ ਨਾਲ ਘਰ ਆ ਗਏ ਸੀਗੇ 3 ਵਜੇ ਨੂੰ, 3:04 ਚਾਰ ਮਤਲਬ ਇੰਨਾ ਟਾਈਮ ਹੋ ਗਿਆ ਸੀਗਾ। ਅਤੇ ਹੁਣ ਆਪਾਂ ਚੱਲੇ ਜਵਾਕਾਂ ਨੂੰ ਲੈ ਕੇ ਹੋਸਪਿਟਲ। ਹੋਸਪਿਟਲ ਕੋਈ ਸੀਰੀਅਸ ਮੈਟਰ ਨਹੀਂ ਹੈਗਾ, ਜਨਰਲ ਚੈੱਕਅਪ ਕਹਿੰਦੇ ਆ ਜਿਹਨੂੰ, ਨੋਰਮਲ ਚੈੱਕਅਪ, ਜਨਰਲ ਚੈੱਕਅਪ ਉਹ ਆ, ਬੱਚੇ ਦਾ ਆਫ ਉਹਦਾ ਹੈਗਾ ਅੱਖਾਂ ਦਾ। ਅਤੇ ਬਸ ਆਹੀ ਚੀਜ਼ਾਂ ਨੇ, ਆਹ 2 ਮਿੰਟ ਦੀ ਦੂਰੀ 'ਤੇ ਹੋਸਪਿਟਲ ਆ, ਉਹਨੂੰ ਲੈ ਕੇ ਚੱਲਦੇ ਹਾਂ ਫਿਰ ਨਾਲੋਂ ਨਾਲ। ਅੱਜ ਦਾ ਦਿਨ ਸਾਡੇ ਨਾਲ ਪੂਰਾ ਦਿਨ ਇੱਦਾਂ ਹੀ ਰਹੂ, ਕੰਮ ਸਾਨੂੰ ਗੱਲ ਨੂੰ ਵਲੌਗ ਆਪਾਂ ਅਪਲੋਡ ਅੱਜ ਕਰ ਦੇਣਾ, ਜਿਹੜੇ ਕੱਲ੍ਹ ਵਾਲੇ ਵਲੌਗ ਸੀ ਅੱਜ ਕਰਾਂਗੇ, ਕਿਉਂਕਿ ਰਾਤ ਪਹੁੰਚੇ ਲੇਟ, ਅਪਲੋਡ ਕਰਨ ਦਾ ਟਾਈਮ ਨਹੀਂ ਮਿਲਿਆ। 3 ਵਜੇ ਅਤੇ 4 ਵਜੇ ਨੂੰ ਸੌਂ ਗਏ, 11:30 ਮੈਂ ਫਿਰ ਉੱਠ ਖੜਿਆ, ਸਲੀਮ ਤਾਂ ਫਿਰ 8 ਵਜੇ ਮਤਲਬ ਚਲਾ ਗਿਆ ਸੀਗਾ, 8:30 ਨੂੰ ਡਿਊਟੀ 'ਤੇ, ਹੈ ਨਾ। ਸ਼ਾਮੀ ਮੈਂ ਵੀ ਜਾਣਾ ਵਾ, ਤਾਂ ਕਰਕੇ ਭੱਜੋ ਭੱਜਾ, ਕੰਮ ਪੂਰਾ ਫੁੱਲ ਐਨ ਬਿਜ਼ੀ, ਉਹਦੇ ਵਿੱਚ ਵਲੌਗ ਕੱਢਣੇ, ਸਾਰਾ ਕੁਛ ਇਹ ਕੰਮ ਕਰਨਾ, ਆਪਦੀ ਲਾਈਫ ਦੇਖਣੀ, ਆਪਦੇ ਕੰਮ ਧੰਦੇ ਜੋਬਾਂ, ਮਤਲਬ ਐਨ ਪੂਰਾ ਬਿਜ਼ੀ ਆ, ਕੰਮ ਪੂਰਾ ਫਿੱਟ। ਕਿਉਂ ਆਫੂ? ਅਤੇ ਚਲੋ ਜੀ, ਮਿਲਦੇ ਹਾਂ ਹੋਸਪਿਟਲ ਜਾ ਕੇ, ਬੱਚਿਆਂ ਦੇ ਚੈੱਕਅਪ ਕਰਵਾ ਲਈਏ, ਉਹ ਵੀ ਜ਼ਰੂਰੀ ਨੇ। ਚਲੋ ਜੀ ਬਾਬਾ, ਸੋ ਸਾਹਮਣੇ ਹੋਸਪਿਟਲ ਆ ਗਏ ਆਪਾਂ, ਉਹ ਦੇਖੋ ਹੋਸਪਿਟਲ ਆਪਾਂ ਆ ਗਏ ਹਾਂ, ਫਿਰ ਆ ਕੇ ਹੋਸਪਿਟਲ ਦੀ ਕਾਰਵਾਈ ਤੋਂ ਬਾਅਦ ਮਿਲਦੇ ਹਾਂ, ਚੰਗਾ ਬਾਬਾ। ਮੈਂ ਪੀ ਰਿਹਾ ਕਾਫੀ ਤੇ ਜਾਕੀ ਖੇਡ ਰਿਹਾ। ਆਲਵੇਜ਼ ਚੈੱਕਅਪ ਹੋ ਗਿਆ ਜਵਾਕਾਂ ਦੇ, ਆਪੂ ਦਾ ਅੱਜ ਦਾ ਮੇਨ ਇੰਪੋਰਟੈਂਟ ਸੀਗਾ, ਅਤੇ ਹੁਣ ਮੈਡੀਸਨ ਕਾਊਂਟਰ 'ਤੇ ਬੈਠੇ, ਮੈਡੀਸਨ ਲੈਣੀ ਹੈ, ਫਿਰ ਆਪਾਂ ਚੱਲਦੇ ਹਾਂ, ਠੀਕ ਹੈ ਜ਼ਾਕੀ? ਓਕੇ ਬਾਏ ਕਰਦੇ ਫਿਰ। ਇਹ ਆਲਵੇਜ਼ ਫਰਨਿਚ ਹੀ ਰਹਿੰਦਾ ਇਹਨਾਂ ਲਈ, ਅਸੀਂ ਮੌਲ 'ਚ ਆਏ ਹੋਏ ਹਾਂ, ਮਤਲਬ ਆਉਂਦੇ ਸਾਰ ਹੀ ਇਹ ਬੈਂਡਿੰਗ ਮਸ਼ੀਨਾਂ ਹੀ ਲੱਗੀਆਂ, ਜਿੱਥੇ ਸਮਾਨ ਸਮੂਨ ਜੀ ਆਹ ਬੱਚਿਆਂ ਦਾ ਲੈਟਰਾਂ ਪੱਟਰਾਂ ਵਾ ਆ। ਸ਼ੂਗਰ ਲੈਣ ਭੇਜੀ ਜੀ, ਚਲੋ ਇਹ ਤਾਂ ਪਿਕਨਿਕ 'ਤੇ ਆਉਂਦੇ, ਇੱਥੇ ਹੋਸਪਿਟਲ ਨਹੀਂ ਆਉਂਦੇ। ਚਲੋ ਮਿਲਦੇ ਹਾਂ ਤੁਹਾਨੂੰ ਅਸੀਂ ਫਿਰ ਨੈਕਸਟ ਪਲੈਟਫਾਰਮ 'ਤੇ, ਬਾਬਾ ਆਈ ਟੋਲਡ ਯੂ, ਜਾ ਕੇ ਖੰਡ ਲੈ ਗਿਆ ਭੱਜ ਕੇ। ਵਾਟ ਸ਼ੂਗਰ? ਖੰਡ, ਸ਼ੂਗਰ, ਖੰਡ ਹੁੰਦੀ ਹੈ, ਸ਼ੂਗਰ। ਇਹ ਬਰਗਰ ਬੱਚਿਆਂ ਨੂੰ ਖੰਡ ਦਾ ਨਹੀਂ ਪਤਾ ਅੱਜ ਕੱਲ੍ਹ, ਚਲੋ ਕੋਈ ਗੱਲ ਨਹੀਂ, ਕਾਫੀ ਜ਼ਿਆਦਾ ਆਉਂਦੀ ਹੁਣ ਪੀ ਨਹੀਂ ਹੁੰਦੀ,
ਆਪਾਂ ਤਾਂ ਵਧੀਆ ਲੱਗਦੇ ਹਾਂ ਅਸੀਂ ਤਾਂ ਆਲ ਵਿੱਚ ਵਿਦਾਊਟ ਸ਼ੂਗਰ ਪੈਂਦੇ ਹਾਂ ਕਿਉਂ ਆਪੋ ਹੂੰ ਚਲੀਏ ਫਿਰ ਆਪਾਂ ਹਾਊਸ ਚਲੀਏ ਹੁਣ ਅੱਛਾ ਤੂੰ ਤਾਂ ਵਲੌਗ ਕਿਉਂ ਨਹੀਂ ਅਪਲੋਡ ਕਰਦਾ ਹੂੰ ਵਲੌਗ ਕਿਉਂ ਨਹੀਂ ਅਪਲੋਡ ਕਰਦਾ ਤੇਰੇ ਤੇਰੇ ਤਿੰਨ ਫੈਨਸ ਵੇਟ ਕਰ ਰਹੇ ਨੇ ਤੇਰੇ ਵਲੌਗ ਦਾ ਉੱਥੋਂ ਉੱਧਰ ਉੱਧਰ ਵੈਂਡਿੰਗ ਮਸ਼ੀਨ ਹੈਗੀ ਹੈ ਲੇਕਿਨ ਆਲਵੇਸ ਕਚਰਾ ਈਟਿੰਗ ਕਚਰਾ ਵਨ ਵਨ ਪਲੀਜ਼ ਹਾਂ ਟੈਲ ਮੀ ਜ਼ਾਕੀ ਕਾਰਾਂ ਦੀ ਹੋ ਬੀ ਕੇਅਰਫੁਲ ਯੈਸ ਯਾ ਯਾ ਵੇਟ 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 ਗੁੱਡ ਲਓ ਲਓ ਵੀ ਮਿੱਤਰੋ ਆਪਾਂ ਚੱਲੇ ਹਾਂ ਐਸਟਰ ਦੇ ਕੰਮ ਵਧੀਆ ਚੈੱਕਅਪ ਕਰਾ ਕੇ ਜਵਾਕਾਂ ਦਾ ਹਾਂ ਚਾਚੂ ਹੁਣ ਇੱਧਰ ਆ ਗਏ ਇਹ ਸਾਨੂੰ ਡਿਸਟਰਬ ਕਰਨ ਲੱਗਿਆ ਹੋਇਆ ਸਵੇਰ ਦਾ ਹੀ ਅਤੇ ਆਫੂ ਦਾ ਚੈੱਕਅਪ ਹੋ ਗਿਆ ਮੰਮਾ ਦਾ ਵੀ ਹੋ ਗਿਆ ਗੁੱਡ ਇੱਥੋਂ ਆਪਾਂ ਅੰਦਰ ਐਂਟਰ ਹੋਏ ਸੀਗੇ ਅਤੇ ਇੱਥੋਂ ਆਪਾਂ ਬਾਹਰ ਜਾਣਾ ਵਾ ਵੈਰੀ ਗੁੱਡ ਆਪਾਂ ਅੱਜ ਤੇਰੇ 'ਤੇ ਆ ਗਿਆ ਕੈਮਰਾ ਹੈ ਨਾ ਅਤੇ ਰਾਤ ਨਹੀਂ ਦਿਨ ਹੋ ਗਿਆ ਦੇਖ ਧੁੱਪ ਕਿੰਨੀ ਜਿੰਮੀ ਦੀ ਕਾਲ ਆਈ ਸੀਗੀ ਹੁਣ ਅਸੀਂ ਐਸਟਰ 'ਚੋਂ ਨਿਕਲ ਕੇ ਉਹਨੂੰ ਪਿੱਕ ਕਰਨਾ ਵਾ ਕਿਉਂਕਿ ਆਪਣੀ ਜਿਹੜੀ ਦੂਜੀ ਗੱਡੀ ਆ ਦੂਜੀ ਗੱਡੀ ਨੂੰ ਆਪਾਂ ਲਾਉਣਾ ਵਰਕਸ਼ਾਪ 'ਚ ਆਪਾਂ ਮੈਂਟੇਨੈਂਸ ਕਰਾਉਂਦੇ ਰਹੀਦਾ ਦੋਨਾਂ ਗੱਡੀਆਂ ਦੀ ਤਾਂ ਜੋ ਗੱਡੀਆਂ ਆਪਣੀਆਂ ਤੰਦਰੁਸਤ ਚੱਲਦੀਆਂ ਰਹਿਣ ਜਿਵੇਂ ਆਪਾਂ ਆਪਦਾ ਚੈੱਕਅਪ ਕਰਾਉਂਦੇ ਹੁੰਦੇ ਹਾਂ ਹੋਸਪਿਟਲ 'ਚ ਉਵੇਂ ਆਪਣੇ ਗੱਡੀਆਂ ਦਾ ਚੈੱਕਅਪ ਚੱਲਦਾ ਰਹਿੰਦਾ ਵਾ ਤਾਂ ਜੋ ਲੌਂਗ ਟਰਮ ਆਪਣੀ ਗੱਡੀ ਚੱਲਦੀ ਰਹੇ ਅਗਰ ਆਪਾਂ ਗਾਹ ਕਿਸੇ ਨੂੰ ਵੇਚਣੀ ਹੋਵੇ ਉਹਨੂੰ ਤੰਦਰੁਸਤ ਹੀ ਮਿਲੇ ਚੰਗਾ ਫਿਰ ਬਾਏ ਬਾਏ ਫਿਰ ਮਿਲਦੇ ਹਾਂ ਆਪਾਂ ਪਾਰਕਿੰਗ ਆਪਾਂ ਲਾ ਲਈਏ ਲਿਆ ਕੇ ਵਰਕਸ਼ਾਪ ਏਰੀਆ ਜਿੱਥੇ ਤੁਹਾਨੂੰ ਦਿਖਾਇਆ ਕੱਲ੍ਹ ਵਾਲੇ ਵਲੌਗ 'ਚ ਤੁਹਾਨੂੰ ਪਤਾ ਲੱਗ ਗਿਆ ਹੁਣ ਆਪਾਂ ਗੱਡੀਆਂ ਕਿੱਥੋਂ ਲੋਡ ਕਰਾਉਂਦੇ ਹਾਂ ਅਤੇ ਸਲੀਮ ਦਾ ਵੇਟ ਹੋ ਰਿਹਾ ਦਰਅਸਲ ਹੁਣ ਉਹ ਆਉਣ ਦਾ ਵੇ ਆ ਉਹ ਜਾਊਗਾ ਗੱਡੀ ਆਪਦੀ ਪਾਰਕ ਕਰਨ ਮੈਂ ਉਹਨੂੰ ਪਿੱਕ ਕਰੂੰਗਾ ਫਿਰ ਅਸੀਂ ਚੱਲਾਂਗੇ ਘਰੇ ਸਮਝ ਗੱਲ ਨੂੰ ਅਤੇ ਵੇਟਿੰਗ ਹੋ ਰਿਹਾ ਜਦੋਂ ਆ ਗਿਆ ਫਿਰ ਆਪਾਂ ਨੂੰ ਤੁਹਾਨੂੰ ਮਿਲਾਉਂਦੇ ਹਾਂ ਬਬਾਸ ਕਿਉਂ ਜਾਕੀ ਵਧੀਆ ਬਬਾਸ ਬਬਾਸ ਸਲੀਮ ਬਹੁਤ ਫਾਸਟ ਗਿਆ ਯਾਰ ਉਹ ਹੈ ਆਪਣੀ ਗੱਡੀ ਦੇਖੀ ਨਹੀਂ ਉਹਨੇ ਆਪਾਂ ਸਲੀਮ ਮੈਨੂੰ ਫੜ ਲੈਣਾ ਇੱਥੋਂ ਬਹੁਤ ਸਪੀਡ ਨਾਲ ਲੰਘਿਆ ਉਹ ਫੜੋ 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 ਉਹ ਜਾ ਰਿਹਾ ਉਹ ਇੱਥੋਂ ਕਿੱਥੇ ਗਾਇਬ ਹੋ ਗਿਆ ਉਹ ਵੀ ਹੈਵ ਟੂ ਫਾਈਂਡ ਆਊਟ ਯੂਰ ਚਾਚੂ ਹਾਂ find out your chachu now for such a school chachu is oh munde ne workshop ne gaddi phadai si
ਤੇ ਆਪ ਉੱਥੇ ਖੜਾ ਰੋਡ ਤੇ, ਮੈਂ ਗੱਡੀ ਪਿੱਛੇ ਲਾ ਕੇ ਲੈ ਗਿਆ। ਹਾਂਜੀ ਫਿਰ ਆਪ ਰੋਡ ਤੇ ਖੜਾ। ਹਾਂਜੀ ਫਿਰ ਕਿਸ ਨੇ ਕਾਰ ਚੋਰੀ ਕਰ ਲਈ? ਹਾਂ ਤੇ ਆ ਗਿਆ। ਹਾਂ ਆ ਗਿਆ। ਆ ਖੜਾ ਉਹ ਠੀਕ ਆ। ਸਾਰਾ ਦਿਨ ਨਹੀਂ ਮੈਂ ਧੁੱਪੇ ਖੜਿਆ। ਹਾਂ ਤੂੰ ਮਾਮਾ ਉਧਰ ਦੀ ਘੁੰਮ ਕੇ ਆਇਆ ਤੂੰ ਯਾਰ, ਹੱਦ ਹੋ ਗਈ। ਮੈਂ ਤੇ ਸਹੀ ਰਾਹ ਆਇਆ ਵਾ, ਹੁਣ ਇੱਥੋਂ ਦੀ ਮੁੜ ਕੇ ਆ ਖੜੇ ਹੋਣਾ ਸੀ ਤੂੰ ਇੱਥੇ। ਉਹ ਤੂੰ ਦੱਸਿਆ ਵੀ ਗੱਡੀ ਕਿਹਨੂੰ ਫੜਾਉਣੀ ਆ ਉੱਥੋਂ? ਤੈਨੂੰ ਕਿਹਾ ਵਰਕ, ਤੂੰ ਕਿਹਾ ਵਰਕਸ਼ਾਪ ਗੱਡੀ ਛੱਡਣੀ ਆ, ਛੱਡਣੀ ਆ ਗੱਡੀ ਦਾ ਪਿੱਛਾ ਦੀ ਸਪੀਡ ਬਹੁਤ ਗੱਡੀ ਸਪੀਡ ਲੈ ਕੇ। ਮੈਂ ਗੱਡੀ ਨਹੀਂ ਦੇਖੂ ਆਪਣੀ, ਲੈ ਮੈਂ ਕਿਹਾ ਬਹੁਤ ਸਪੀਡ ਤੇ ਕਿਉਂ ਲਈ ਜਾਂਦਾ ਯਾਰ, ਇੰਨੀ ਸੀ ਸਪੀਡ ਦਾ ਚਲਾਉਂਦਾ ਨਹੀਂ। ਭੈਣ ਤੇ ਡੀ ਦੀ ਵਰਕਸ਼ਾਪ ਵੀ ਲਾਤੀ ਉਹਨੇ, ਮੈਂ ਲੱਭ ਵਰਕਸ਼ਾਪ ਚ ਬੜਿਆ। ਸਪੀਡ ਕਿਸ ਟਾਈਮ ਨਿਕਲੀ ਸਿਗਨਲ ਤੋਂ ਰਾਈਟ ਲਈ, ਉੱਥੇ ਖੜਦਾ ਮੈਂ। ਮੈਂ ਖੜਾ ਰਿਹਾ 10 ਮਿੰਟ, ਕਹਿੰਦਾ ਉੱਥੋਂ ਵਿਚਾਲੇ ਦੀ ਨਿਕਲ ਕੇ ਮੂਹਰੇ ਆ ਗਿਆ ਮੇਰੇ। ਫਿਰ ਕਹਿੰਦਾ ਮੈਂ ਆਫਿਸ ਬਿਲਡਿੰਗ ਨਹੀਂ ਕੀਤਾ, ਮੈਂ ਹੌਸਪੀਟਲ ਤੋਂ ਨਿਕਲ ਕੇ ਆ ਤੇ ਰੈਗੂਲਰ ਰਾਹ ਤੇ ਆਇਆ, ਜਿੱਥੇ ਦੱਸਿਆ ਉੱਥੇ ਪਹੁੰਚਿਆ। ਗੱਡੀ ਖੜਾਈ ਯਾਰ ਉੱਥੇ ਕੁਛ ਨਹੀਂ ਸੀਗਾ, ਮੈਂ ਉੱਥੇ ਖੜਾ ਰਿਹਾ ਪਹਿਲਾਂ। ਫਿਰ ਕਹਿੰਦਾ ਮੈਂ ਇੱਥੇ ਮੋੜ ਮੋੜ ਕੇ ਖੜਾ, ਮੈਂ ਗੱਡੀ ਲਾ ਕੇ ਤੁਰ ਕੇ ਇੱਥੇ ਆਇਆ। ਇਹ ਫੇਰ ਨਹੀਂ ਉੱਥੇ, ਇਹ ਗੱਡੀ ਆਪਣੀ ਗੱਡੀ ਲੰਘੀ ਕੋਲ ਦੀ, ਸਾਨੂੰ ਐਵੀਡੈਂਸ ਦਿਖਾਇਆ ਮੈਂ ਵੀਡੀਓ 'ਚ, ਸਪੀਡ ਲੈ ਕੇ ਨਿਕਲ ਗਿਆ ਹੈ। ਪਤਾ ਨਹੀਂ ਇਹ ਸੀ ਪਤਾ ਨਹੀਂ ਵਰਕਸ਼ਾਪ ਵਾਲਾ ਮੁੰਡਾ ਸੀ, ਆਪਾਂ ਲਾ ਲਈ ਉਹਦੇ ਮਗਰ, ਆਪਾਂ ਪਹੁੰਚ ਗਏ ਵਰਕਸ਼ਾਪ 'ਚ ਸਾਨੂੰ ਗੱਲ ਨੂੰ। ਅਤੇ ਬਾਅਦ ਵਿੱਚ ਫੋਨ ਕਰਦਾ ਮੈਂ ਤਾਂ ਇੱਥੇ ਖੜਾ, ਮੈਂ ਤਾਂ ਇੱਥੇ ਖੜਾ, ਇਹ ਚੱਕਿਆ ਆ ਕੇ ਇਹਨੂੰ ਆਪਾਂ। ਫਿਰ ਪੁੱਠੀ ਘੁਮਾ ਕੇ ਲਿਆਇਆ, ਮੂਰਤੀ ਨਹੀਂ ਆਇਆ ਅੱਧੇ ਸੈਕਿੰਡ ਲਈ। ਕਿਉਂ ਯਾਦ ਹੋ ਗਈ ਪੂਰੇ ਪੂਰੇ ਪਿੱਛੋਂ ਦੀ ਆਇਆ ਘੁਮਾ ਕੇ? ਪੁੱਤ ਮੈਂ ਦੂਰ ਸੀਗਾ, ਇਹਨੂੰ ਕਿੱਥੇ ਮੈਂ ਭੇਜਦਾ, ਔਖਾ ਉਧਰੇ ਪਿਓ ਦਾ ਵਿੱਚ ਵਾਰ ਨੀ ਹੁਣ। ਥੋੜੀ ਹੋਰ ਬਾਹਰ ਲਾ ਡੰਗਰ ਹੀ ਯਾਰ, ਦੱਸ ਹੱਦ ਹੋ ਗਈ ਦੁਨੀਆ ਵੀ ਨਾ ਬਸ ਉੱਥੇ ਵੀ ਹੈ ਨੀ, ਪਤ ਬਹੁਤ ਦੂਰ ਆ ਪਾਰਕਿੰਗ ਹੈ ਨੀ, ਉੱਥੇ ਲਾ ਲਈ ਜਾਂਦੇ ਆਪਣੀ ਕੱਪ ਕਰੀ ਆ। ਸਲੀਮ ਨੂੰ ਛੱਡਤਾ ਆਪਾਂ ਘਰੇ, ਪੂਰੀ ਅਪਡੇਟ ਚੱਲਦੀ ਅੱਜ ਅੱਜ ਵਲੌਗ ਦੇ ਵਿੱਚ ਠੀਕ ਆ। ਅਤੇ ਮੈਂ ਬਿਜ਼ੀ ਹਾਂ ਕਿਉਂਕਿ ਮੈਂ ਸ਼ਾਮ ਨੂੰ ਡਿਊਟੀ ਜਾਣਾ ਹੈ ਨਾ, ਅਤੇ ਹੁਣ ਕੰਮ ਨਿਬੇੜ ਲਈਏ ਥੋੜ੍ਹੀ, ਹੁਣ ਪੈਂਦੇ ਸੱਟੇ ਫਿਰ ਗਰੋਸਰੀ ਵੀ ਲਿਆਈਏ। ਆਪ ਨਾ ਸਿੱਧੇ ਭੱਜ ਕੇ ਰੋਡ ਨਾ ਕ੍ਰੋਸ ਕਰ ਲਵੇ, ਧਿਆਨ ਰੱਖੀ। ਅਤੇ ਆਫੂ ਗਈ ਆ ਅਤੇ ਚਾਚੂ, ਉਹਦਾ ਚਾਚੂ ਰਹੂਗਾ ਘਰੇ, ਉਹ ਗਿਆ ਆਪਾਂ ਉਹ ਬੈਗ ਲੈਣ ਗਰੋਸਰੀ ਵਾਲੇ। ਪਲਾਸਟਿਕ ਬੈਗ ਬੰਦ ਹੋ ਗਏ ਨਾ ਅੱਜ ਕੱਲ੍ਹ ਬਾਹਰ, ਚਲੋ ਠੀਕ ਹੈ। ਅਤੇ
ਹੁਣ ਆਪਾਂ ਜਾ ਰਹੇ ਹਾਂ ਗਰੋਸਰੀ ਲਈ, ਲੱਗ ਜਾਣਾ ਉੱਥੇ ਘੰਟਾ ਡੇਢ ਦੋ ਘੰਟੇ ਲੱਗ ਜਾਣੇ, ਫਿਰ ਵਾਪਸੀ, ਵਾਪਸੀ ਤੋਂ ਬਾਅਦ ਫਿਰ ਇੱਕ ਤੇ ਸ਼ੋਪਿੰਗ ਹੋਰ ਜਾਣਾ ਵਾ। ਮੈਂ ਵਾਰ ਵਾਰ ਤਾਂ ਦੇਖ ਰਿਹਾ ਵੀ ਆਹੂ ਆ ਰਹੀ ਉੱਧਰ, ਕਿਉਂਕਿ ਰੋਡ ਚੱਲਦਾ ਨਾ ਰੋਡ 'ਤੇ, ਬੱਚਾ ਫਿਰ ਕਨਫਿਊਜ਼ ਹੋ ਜਾਂਦਾ ਆਲਵੇਜ਼। ਅਤੇ ਹੁਣ ਜਾ ਕੇ ਮਿਲਦੇ ਹਾਂ ਫਿਰ ਆਪਾਂ ਲੂਲੂ, ਆਪਣੀ ਸ਼ੋਪਿੰਗ ਆਲਵੇਜ਼ ਲੂਲੂ 'ਤੇ ਹੀ ਹੁੰਦੀ ਆ, ਇੰਡੀਅਨ ਸਮਾਨ ਮਿਲਦੇ ਹਾਂ ਫਿਰ ਜਾ ਕੇ। ਇੱਕ ਰੋਣ ਲੱਗ ਗਿਆ ਆਹੋ, ਤੂੰ ਲੈ ਬੈਗ, ਚਲੋ ਚੱਲੀਏ ਫਿਰ ਆਪਾਂ। ਹੁਣ ਇਹ ਇਹ ਕਿਉਂ ਰੋਂਦਾ ਇਹ? ਇਹ ਕਹਿੰਦਾ ਮੈਂ ਟੋਏ ਲੈਣਾ ਉੱਥੇ। ਓਕੇ ਡਨ, ਠੀਕ ਹੈ। ਮਾਤੀ ਕਰਦਾ ਬੀਫ ਚਿਕਨ ਅਤੇ ਉਹ ਸੈਲਡ ਲੈਣਾ ਇਹਨਾਂ 'ਚੋਂ। ਚੱਲ ਸਾਡਾ ਵੀ ਕੰਮ ਔਖਾ ਹੀ ਆ, ਹੈ ਜਿਵੇਂ ਬਲੌਗ ਆਪਾਂ ਸਟਾਰਟ ਕੀਤਾ ਅਤੇ ਬਲੌਗਿੰਗ ਗੱਲਾਂ ਵੀ ਹੋ ਰਹੀਆਂ ਬਲੌਗ ਬਾਰੇ, ਲੇਕਿਨ ਇਹ ਨਹੀਂ ਪਤਾ ਵੀ ਅਸੀਂ ਬਲੌਗ ਬਣਾ ਲਈਏ ਆਪਦਾ। ਅਤੇ ਸ਼ੋਪਿੰਗ ਆਪਾਂ ਕਰ ਲਈ, ਆਪਾਂ ਦੱਸਿਆ ਤੁਹਾਨੂੰ ਗਰੋਸਰੀ ਕੇ ਆਪਾਂ ਜਾਣਾ, ਅਤੇ ਗਰੋਸਰੀ ਕਰਕੇ ਘਰੇ ਬਹਿ ਗਏ ਟੈਕੇ, ਸੌ ਗਿਆ ਸੀ ਮੈਂ ਤਾਂ ਘੰਟਾ ਕੁ। ਇਹ ਗੱਡੀ ਪਾਰਕ ਕਰਕੇ ਇਹ ਤਾਂ ਘਰੇ ਸੀਗਾ, ਇਹ ਗਿਆ ਨਹੀਂ ਗਾ, ਇਹਨੇ ਵੀ ਰੈਸਟ ਕਰ ਲਈ। ਹੁਣ ਆਪਾਂ ਚੱਲੇ ਹਾਂ ਗੱਡੀ ਚੱਕਣ, ਕਿਉਂ ਜੀ ਐਚ ਅਤੇ ਹੋਣੀ ਹੁਣ ਗੱਡੀ ਹੋਣੀ ਟੈਚ। ਮੈਂ ਦੱਸ ਕੇ ਹਟਿਆ ਪਹਿਲਾਂ, ਮੈਂ ਕਿਹਾ ਗੱਡੀ ਆਪਣੀ ਨਾ ਵੀ ਸਰਵਿਸ ਆਪਾਂ ਕਰਾਉਂਦੇ ਰਹਿੰਦੇ ਹਾਂ, ਮਤਲਬ ਹੱਥ ਪੱਲਾ ਫਰਾਉਂਦੇ ਰਹਿੰਦੇ ਹਾਂ ਤਾਂ ਜੋ ਲੰਬਾ ਚੱਲਣ ਗੱਡੀਆਂ ਸਾਡੀਆਂ, ਇਹਨਾਂ ਨੂੰ ਕੋਈ ਪੰਗਾ ਪੁੰਗਾ ਨਾ ਪਵੇ, ਸਮਝਦੇ ਗੱਲ ਨੂੰ? ਇੱਦਾਂ ਵਾਰ ਵਾਰ ਦੱਸਣ ਦਾ ਮਤਲਬ ਹੈ ਕਿ ਚੀਜ਼ ਦੀ ਖਾਤਰਦਾਰੀ ਕਰਨੀ ਚਾਹੀਦੀ ਆ। ਅਤੇ ਮਾਹੌਲ ਸੁਣਾ ਫਿਰ ਹੁਣ, ਮਾਹੌਲ ਇੱਕ ਨੰਬਰ, ਮਾਹੌਲ ਇੱਕ ਨੰਬਰ, ਦੋ ਨੰਬਰ ਨਹੀਂ ਮਾਹੌਲ ਇੱਕ ਨੰਬਰ। ਅਤੇ ਪੂਰੀ ਬਾਜ਼ੀ ਚੱਲ ਰਹੀ ਆ ਹੁਣ। ਉਹ ਆਪਣਾ ਰਾਤ ਵਾਲਾ ਮਾਹੌਲ ਕਿੱਦਾਂ ਰਿਹਾ? ਰਾਤ ਵਾਲਾ ਤੁਸੀਂ, ਹਾਂਜੀ ਦੱਸ ਦਿਓ ਕਿਹਨੇ ਕਿਹਨੇ ਜੁਆਇਨ ਕਰਨਾ ਪ੍ਰੋਗਰਾਮ, ਮੈਸੇਜ ਕਰ ਦਿਓ, ਆਪਾਂ ਫੇਰ ਬਣਾ ਲਾਂਗੇ ਰਾਤ ਵਾਲਾ ਪ੍ਰੋਗਰਾਮ। ਦੁਬਈ ਵਾਲੇ ਸਾਰੇ ਮੈਸੇਜ ਕਰ ਦਿਓ, ਬਣਾ ਲਾਂਗੇ ਪ੍ਰੋਗਰਾਮ ਘੈਂਟ ਵਾਲਾ, ਹੈ ਇਕੱਠੇ ਹੋ ਕੇ ਚੱਲਾਂਗੇ, ਪਾਰਟੀ ਸ਼ਾਰਟੀ ਕਰਾਂਗੇ ਉੱਥੇ। ਅਤੇ ਹੁਣ ਆਪਾਂ ਵੈਸੇ ਆਪਾਂ ਖੇੜਾ ਛੱਡਦਾ ਸ਼ਹਿਰ ਜ਼ਿਆਦਾ, ਹੈ ਨਾ, ਗੱਡੀ ਖਰਾਬ ਹੋ ਗਈ ਯਾਰ, ਸ਼ਹਿਰ 'ਚ ਲੈ ਜਾਓ, ਸ਼ਹਿਰ 'ਚ ਸਸਤਾ ਕਰਦੇ ਆ, ਉੱਥੇ ਗੱਡੀ ਵੀ ਹੋਰ ਵੀ ਖਰਾਬ ਕਰਦੇ ਆ, ਤੁਹਾਨੂੰ ਲੁੱਟ ਵੀ ਲੈਂਦੇ ਆ, ਪਤਾ ਵੀ ਲੱਗਦਾ ਤੁਹਾਨੂੰ ਪੈਸੇ ਵੀ ਕੰਮ ਵੀ ਨਹੀਂ ਕਰਦੇ। ਵਾਰੀ ਵਾਰੀ ਕਹਿੰਦੇ ਅਸੀਂ ਇਹ ਗੱਲਾਂ ਆਲਵੇਜ਼। ਚਲੀਏ ਫਿਰ ਮਿਲੀਏ ਵਰਕਸ਼ਾਪ 'ਚ, ਲਾ ਦਈਏ ਗੱਡੀ। ਚਲੋ ਜੀ ਮਿਲਦੇ ਹਾਂ ਵਰਕਸ਼ਾਪ 'ਚ ਜਾ ਕੇ, ਗੱਡੀ ਦੇ ਹਾਲਾਤ ਦੇਖੀਏ। ਮਸਟੈਂਗ ਨਹੀਂ, ਮਸਟੈਂਗ 'ਚ ਤਾਂ ਆਪਾਂ ਜਾ ਰਹੇ ਹਾਂ, ਇਹ ਤਾਂ ਰਾਣੀ ਆ ਝੋਟੀ ਅਤੇ ਆਪਣੀ ਅਲਟੀਮੇਟ। ਚਲੋ ਜੀ ਮਿਲਦੇ ਹਾਂ।